हमारे डॉक्टर्स ने अपनी तरफ से हमें कुछ पॉइंट्स दिए हैं जो हम सरकार तक लेके जाएंगे। इन सब चीज़ों के लिए हमें जनरल पब्लिक का भी साथ चाहिए, एनजीओस का भी साथ चाहिए। एक गवर्नमेंट हॉस्पिटल से, गवर्नमेंट मेडिकल कॉलेज से पढ़ के निकले, और जब आप उनसे पूछते हैं वो आपको बताते हैं 40-40 घंटे 48 घंटे हम किसी भी जगह के उत्ते मान लो तुम अपना काम कर रहे हो तो हालात होने लग पाए, क्योंकि आप एक पास तो गल करते हैं कि देश के औरत और बेटी पढ़ाओ बेटी बचाओ भी, और दूजे पास आप कि पास चले गए हैं। सो बड़ी अफसोसजनक घटना है, और कॉलेज का स्पैशली गवर्नमेंट कॉलेज का क्योंकि अभी उतने पढ़े हैं, अज भी बहुत माड़े हालात है, लाइटा जगदिया नहीं होंगे, क्योंकि मल्टीपल डिपार्टमेंट्स भी ऑल्ड है, किसी एक भी हाथ सारा कुछ नहीं होंगे। सो ਅਸੀਂ ਤਾਂ ਇਹੀ ਚਾਹੁੰਦੇ ਕਿ ਆਉਣ ਵਾਲੇ ਬੱਚੇ, ਕਿਉਂਕਿ ਇੰਨੇ ਇੰਨੇ ਨੰਬਰ ਲੈ ਕੇ ਸਭ ਕਿਤੇ ਨਾ ਕਿਤੇ ਜਿਹੜਾ ਕਿ ਕਾਨੂੰਨ ਕਮਜ਼ੋਰ ਤੇ ਨਜ਼ਰ ਆਉਂਦਾ ਹੈ ਇਸ ਘਟਨਾ ਦੇ ਉੱਤੇ। ਦੇਖੋ ਜਿਹੜਾ ਕਾਨੂੰਨ ਹੈ ਉਹ ਤਾਂ ਬਹੁਤ ਆਬਵੀਅਸ ਹੈ ਕਿ ਉਹਦੀ ਜਿਹੜੀ ਮਤਲਬ ਪ੍ਰੋਪਰ ਜੋ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ, ਸਪਿਰਿਟ ਹੈ ਉਹ ਫੋਲੋ ਨਹੀਂ ਹੋ ਰਹੀ ਹੈ, ਤਾਂ ਆਪਾਂ 100% ਸ਼ੋਰ ਹੈ, ਕਿਉਂਕਿ ਰੋਜ਼ ਪਰ ਰੋਜ਼ ਨਵੀਂ ਤੋਂ ਨਵੀਂ ਗੱਲ ਵਿੱਚ ਨਿਕਲ ਕੇ ਕਾਫੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਾਫੀ ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ। ਉਸ ਤੋਂ ਬਾਅਦ ਕਈ ਲੋਕ ਨੇ ਜਿਹੜੇ ਕਿ ਤੁਸੀਂ ਨਿਰਭਿਆ ਹੱਤਿਆਕਾਂਡ ਦੇਖਿਆ ਹੋਣਾ, ਉਦੋਂ ਵੀ ਇਹੀ ਗੱਲ ਸੀ, ਕਈ ਜਿਸ ਉਸ ਵੇਲੇ ਵੀ ਆਰੋਪੀ ਸੀ ਬਾਅਦ 'ਚ ਬਰੀ ਹੋ ਗਿਆ ਸੀ, ਪਰ ਅੱਜ ਵੀ ਇਹੀ। ਮੈਂ ਸਿਰਫ ਤੁਹਾਡੀ ਗੱਲ ਨਾਲ ਸਹਿਮਤ ਹਾਂ, ਬੱਚੇ ਆਪਣੇ ਹੈ, ਫਿਊਚਰ ਆਪਣੇ ਬੱਚਿਆਂ ਦਾ, ਸਾਡੇ ਬੱਚਿਆਂ ਨੇ ਕਾਲਜਾਂ 'ਚ ਜਾਣਾ, ਤੁਹਾਡੇ ਬੱਚਿਆਂ ਨੇ ਜਾਣਾ, ਇਸ ਦੇਸ਼ ਦੇ ਬੱਚਿਆਂ ਨੇ ਜਾਣਾ। ਸੋ ਸਾਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ, ਨਹੀਂ ਤਾਂ ਇੰਨੀਆਂ ਮਿਹਨਤਾਂ ਕਰਕੇ ਲੋਕ ਆਪਣੇ, ਇੱਕ ਹੁੰਦਾ ਨਾ ਜੀ ਕਿਤੇ ਰਾਹ ਜਾਂਦੇ ਜਾਂ ਕਿਸੇ ਅਣਜਾਣ ਜਗ੍ਹਾ 'ਤੇ ਘਟਨਾ ਹੁੰਦੀ, ਇੱਕ ਹੈਗੀ ਉਹ ਤੁਹਾਡੀ ਵਰਕ ਪਲੇਸ ਦੇ ਉੱਤੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਜੇ ਗਵਰਨਮੈਂਟ ਉਹਨੂੰ ਸਿਕਿਓਰ ਨਹੀਂ ਕਰ ਸਕਦੀ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਇੰਨੀ ਦੂਰ ਦੇਸ਼ ਦੇ ਵਿੱਚ ਕਿਤੇ ਭੇਜ ਸਕਦੇ। ਤੁਹਾਨੂੰ ਲੱਗਦਾ ਇਸ ਚੀਜ਼ 'ਤੇ ਕੋਈ ਸਖਤ ਕਾਨੂੰਨ ਹੋਣਾ ਚਾਹੀਦਾ? ਦੇਖੋ ਕਿਸੇ ਵੀ ਵਰਕ ਪਲੇਸ ਦੇ ਉੱਤੇ ਭਾਵੇਂ ਉਹ ਕਿਸੇ ਦੀ ਵੀ ਹੈ, ਉੱਥੇ ਜੇ ਇੱਦਾਂ ਦੀ ਘਟਨਾ ਘਟਦੀ ਹੈ ਤਾਂ ਹਮੇਸ਼ਾ ਇੱਕ ਮਨ ਦੇ ਵਿੱਚ ਡਰ ਰਹੂਗਾ, ਔਰ ਉਹਦੀ ਪਰਫੋਰਮੈਂਸ ਘਟੇਗੀ ਹਮੇਸ਼ਾ ਕੰਮ ਦੇ ਵਿੱਚ। ਬਾਕੀ ਲੇਡੀ ਡਾਕਟਰ ਆ ਉਹਨਾਂ ਦੇ ਵੀ ਡਰ ਪੈਦਾ ਹੋਊਗਾ। ਇਹ ਜਿਹੜਾ ਹੈਗਾ ਕਿਸੇ ਵੀ ਵਰਕ ਪਲੇਸ ਦੇ ਉੱਤੇ ਜਿਹੜਾ ਕਾਨੂੰਨ ਆ ਉਹਦੀ ਜਿਹੜੀ ਹੈ ਸਖਤੀ ਦੇ ਨਾਲ ਹੋਰ ਨਵੇਂ ਕਾਨੂੰਨ ਬਣਨੇ ਚਾਹੀਦੇ ਆ, ਤਾਂ ਜੋ ਕਲਪਰੇਟ ਦੇ ਮਨ 'ਚ ਡਰ ਹੋਵੇ, ਜਿਹੜੇ ਟਾਈਮ ਬਾਊਂਡ ਡਿਸੀਜਨ ਹੋਣ ਔਰ ਇਮੀਡੀਏਟ ਡਿਸੀਜਨਸ ਹੋਣ। ਬਾਕੀ ਦੁਨੀਆ ਦੇ ਵਿੱਚ ਬੜੀ ਜਗ੍ਹਾ ਇੱਦਾਂ ਦਾ ਚੀਜ਼ਾਂ ਫੋਲੋ ਹੋ ਰਹੀਆਂ, ਸੋ ਇਹ ਹੋਣਾ ਚਾਹੀਦਾ। ਠੀਕ, ਕੀ ਨਾਮ ਹੈ ਆਪਣਾ? ਸਰ ਮੇਰਾ ਨਾਮ ਤੇਜਸਵੀ ਮਨਹਾਸ ਹੈ, ਤੇ ਮੈਂ ਜ਼ਿਲ੍ਹਾ ਮੋਲ ਟਾਊਨ ਦਾ ਰੈਜ਼ੀਡੈਂਟ। ਅੱਜ ਜੋ ਕੈਂਡਲ ਮਾਰਚ ਕੱਢੇ ਉਹਦੇ ਬਾਰੇ ਕੁਝ ਜਾਣਕਾਰੀ ਦਿਓ। ਭਾਜੀ ਜਿਹੜੀ ਕੈਂਡਲ ਮਾਰਚ ਇੱਕ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਜਿਹੜੀ ਕੋਲਕਾਤਾ 'ਚ ਵਾਪਰੀ, ਆਮ 'ਚ ਸਾਰੇ ਕੰਟਰੀ ਨੂੰ ਪਤਾ, ਅਤੇ ਇਸ ਮੰਦਭਾਗੀ ਘਟਨਾ ਅਤੇ ਜਿਹੜੇ ਰੇਪ ਵਿਕਟਿਮ ਦੇ ਸਪੋਰਟ ਵਿੱਚ ਸਾਰੇ ਲੋਕ ਇਕੱਠੇ ਹੋਏ ਹੈ। ਆਪਾਂ ਉਹਨੂੰ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ, ਸਟੈਟਸ ਦੱਸਣਾ ਚਾਹੁੰਦਾ ਕਿ ਇੰਡੀਆ ਵਿੱਚ ਹਰ 15 ਮਿੰਟ ਵਿੱਚ ਇੱਕ ਰੇਪ ਹੁੰਦਾ, ਅਤੇ ਇਹ ਜਿਹੜੇ ਕਨਫਰਮ ਰੇਪਸ ਆ ਉਹ ਜਿਹੜਾ ਅਟੈਂਪਟ ਟੂ ਰੇਪ ਹੈ ਐਂਡ ਰੇਪਸ ਅਟੈਂਡਿੰਗ ਮਰਡਰ, ਇਸ ਸਟੈਟਸ ਵਿੱਚ ਇੰਕਲੂਡ ਨਹੀਂ ਕੀਤੇ ਗਏ। ਇਹਦਾ ਮਤਲਬ ਕਿ ਆਲਮੋਸਟ ਹਰ 10 ਮਿੰਟ ਵਿੱਚ ਇੰਡੀਆ ਵਿੱਚ ਇੱਕ ਰੇਪ ਹੋ ਰਿਹਾ, ਅਤੇ ਮੈਂ ਪੁੱਛਣਾ ਚਾਹਾਂਗਾ ਸਾਰਿਆਂ ਨੂੰ ਕਿ ਇਹ ਜਿਹੜੀ ਸਟੈਟਸ ਹੈ ਸਾਡੇ ਕੰਟਰੀ ਵਾਸਤੇ ਅੱਛੀ ਸਟੈਟਸ ਹੈ। ਇਹਦੇ ਵਿੱਚ ਨਲਾਇਕੀ ਕਿਹਦੀ ਦੱਸੀ ਜਾ ਰਹੀ ਹੈ? ਇਸ ਵਿੱਚ ਨਲਾਇਕੀ ਸਭ ਤੋਂ ਪਹਿਲਾਂ ਨਲਾਇਕੀ ਮੈਂ ਕਹਾਂਗਾ ਸਭ ਤੋਂ ਪਹਿਲੀ ਨਲਾਇਕੀ ਪੇਰੈਂਟਸ ਦੀ ਆਉਂਦੀ ਹੈ, ਜਿਹੜੇ ਆਪਣੇ ਮੁੰਡਿਆਂ ਨੂੰ ਇਹ ਨਹੀਂ ਸਿਖਾਉਂਦੇ ਕਿ ਇੱਜ਼ਤ ਕਰਨੀ ਹੈ ਅਤੇ ਨੋ ਮੀਨਸ ਨੋ, ਠੀਕ ਹੈ ਨਾ। ਜਿਹੜੇ ਮੁੰਡੇ ਆਪਾਂ ਬੜੇ ਇਨੋਸੈਂਟਲੀ ਕਹਿੰਦੇ ਹਾਂ, ਕਈ ਵਾਰੀ ਮੋਰਲ ਡਾਊਨ ਜੀ, ਲੋਕ ਗੇੜੀ ਮਾਰਨ ਆ ਰਹੇ ਹੈ, ਗੇੜੀ ਮਾਰਨ ਆਉਣ ਦਾ ਕੀ ਮਤਲਬ ਹੈ, ਮੁੰਡਾ ਕੀ ਕਰਨ ਆ ਰਿਹਾ, ਕੀ ਦੇਖਣ ਆ ਰਿਹਾ, ਅੱਜ ਗੇੜੀ ਮਾਰ ਰਿਹਾ, ਕੱਲ੍ਹ ਨੂੰ ਸੀਟੀਆਂ ਮਾਰੇਗਾ, ਕੱਲ੍ਹ ਨੂੰ ਬਾਂਹ ਫੜੇਗਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਘਰ ਵਿੱਚ ਹੀ ਰੋਕਣੀਆਂ ਚਾਹੀਦੀਆਂ,
फर्स्ट रिस्पोंसिबिलिटी पेरेंट्स की आती है, दूसरी रिस्पोंसिबिलिटी सोसाइटी की आती है कि जे कोई पेरेंट्स अनगहली करते हैं तो अपने बच्चों को नहीं सिखा रहे, एज अ सोसाइटी सानू मॉरल पुलिसिंग जरूर करनी चाहिए, इन्होंने लोगों को रोकना चाहिए। तो थर्ड रिस्पोंसिबिलिटी जो सोसाइटी तो इंडिविजुअल दोनों फेल हो रहे हैं, सब तो वड्डी रिस्पोंसिबिलिटी लॉ एंड ऑर्डर की है, पुलिस की है कि इदा के एलीमेंट्स जोड़े है, हूँ जो बंदा इन्होंने फड़िया वो बंद के प्रायर हिस्ट्री हैगी है, और बंद की कि प्रायर हिस्ट्री हैगी है, तो बंदा वाई इज नॉट बिहाइंड बार्स, इदा के बंदे जो खुले सोसाइटी में घूम रहे हैं तो इट इज़ अ वेरी 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 बैड सिचुएशन फॉर द सोसाइटी। तो ऑलसो जो इदा का कोई केस जो प्रिवेंशन नहीं पॉसीबल, जो इदा का कोई मंदभागी घटना हो ही गई, मेरी सरकार नू गवर्नमेंट नू दरखास्त है कि फास्ट ट्रैक रोड्स ये वास्ते बनाई जान, ताकि इदा के जो मुद्दे है एक दो महीने में जो जो ट्रायल है सारी इंटेरोगेशन है एट अ वेरी फास्ट पेस होनी चाहिए है। यह कहा जाता है कि जस्टिस डिलेड इज जस्टिस डिनाइड, जे तुम किसी फैमिली को 20 साल बाद 30 साल बाद कोई जस्टिस दे भी दो तो जस्टिस का कोई मतलब नहीं है। तो साड़ी एज अ गवर्नमेंट तो जुडिशरी की रिस्पोंसिबिलिटी है कि जे इदा का कोई काम किया गया तो जल्दी तो जल्दी जी है उन्होंने रेजोल्यूशन कढ़ना चाहिए। तुहाडे कहण दा भाव है जिस तरह NRI बाहरली कंट्री हो रहा उस तरह इतने चाहिए, मैं कह रहा सानू उस तो भी एक कदम अगे होना चाहिए। साड़ी सोसाइटी में औरत की बहुत इज्जत है, साडे हिंदू धर्म में सारी मावं जिहड़ियां हैगियां उन्होंने असं माँ का दर्जा दिंदे हां, तो साड़ी इंडिया की सोसाइटी बहुत ज़्यादा अगे होनी चाहिए जिते औरत की इज्जत की गल आती है। ओके सर, थैंक यू।